ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ। ਮੈਂ ਤੁਹਾਡਾ ਆਪਣਾ ਜਗਦੀਪ ਸਿੰਘ ਲਾਂਬਾ ਅਤੇ ਮੈਂ ਅੱਜ ਆਇਆ ਜੀ ਆਪਣੇ ਪਿੰਡ। ਅਤੇ ਪਿੰਡ ਆ ਕੇ ਤੁਹਾਨੂੰ ਪਤਾ ਹੀ ਆ, ਫਿਰ ਮੈਂ ਤੁਹਾਨੂੰ ਇੱਕ ਬੜੀ ਘੈਂਟ ਚੀਜ਼ ਘੈਂਟ ਲਿਵਿੰਗ ਥਿੰਗ ਨਾਲ ਬਣਾਉਣ ਲੱਗਾ ਜੀ। ਆਹ ਦੇਖੋ ਜੀ, ਆਹ ਦੇਖੋ, ਆਹ ਦੇਖੋ ਜੀ, ਆਹ ਨੇ ਜੀ ਆਪਣੇ ਪਿੰਡ ਵਾਲੀ ਬਫੈਲੋ। ਲਓ ਜੀ ਬਫੈਲੋ ਜੀ ਨੂੰ ਸਤਿ ਸ਼੍ਰੀ ਅਕਾਲ ਕਰੋ। ਇਸ ਵੇਲੇ ਖਾਣ 'ਚ ਬਿਜ਼ੀ ਨੇ ਅਤੇ ਮੈਂ ਬਿਜ਼ੀ ਹਾਂ ਇਹਨਾਂ ਨਾਲ ਲਾਈਵ ਆਉਣ 'ਚ। ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਨਾਲ ਜਗਦੀਪ ਸਿੰਘ ਲਾਂਬਾ ਆਉਣ ਵਾਲਾ ਅਪਕਮਿੰਗ ਗ੍ਰੇਟ ਸਿੰਗਰ ਲਾਈਵ ਹੋਇਆ ਇਹਨਾਂ ਨਾਲ। ਆ ਇਹਨਾਂ ਦੇ ਨਾਲ ਇਹਨਾਂ ਦੀ ਫਰੈਂਡ ਵੀ ਹੈਗੀ ਹੈ ਜੀ। ਇਹ ਪਾਊਚ ਕਰਦੀ ਹੈ ਜੀ ਪਾਊ। ਗੁੱਸਾ ਵੀ ਆ ਰਿਹਾ ਇਹਨੂੰ। ਇਹ ਪਾਊਟ ਕਰਦੀ ਹੈ ਜੀ ਬਫੈਲੋ ਸਾਡੇ ਨਾਲ। ਮੇਰੀ ਬਫੈਲੋ ਤਾਂ ਦੇਖ ਲਈਆਂ। ਆਹ ਮੇਰਾ ਪਰਿਵਾਰ ਵੀ ਮੇਰੇ ਨਾਲ ਜੁੜ ਚੁੱਕਿਆ ਜੀ। ਆਹ ਮੇਰੇ ਵੀਰ ਭਰਾ ਸਾਰੇ। ਮੈਂ ਬਹਿ ਜਾਵਾਂ ਫਿਰ ਗੱਲ ਕਰਦਾ ਜੀ ਤੁਹਾਡੇ ਨਾਲ। ਇੱਥੇ ਰੱਖ। ਆਹ ਮੇਰੇ ਵੀਰ ਭਰਾ ਜੀ ਸਾਰੇ। ਇਹਨਾਂ ਨੇ ਮੈਨੂੰ ਬਹੁਤ ਮਾਣ ਦਿੱਤਾ, ਬਹੁਤ ਪਿਆਰ ਦਿੱਤਾ ਜੀ। ਆਹ ਮੇਰਾ ਵੀਰ ਹੈ ਨਿੰਦਾ। ਆਹ ਮੇਰਾ ਮਿੰਦੀ ਭਾਈ, ਹੋਰ ਵੀਰੇ ਠੀਕ ਹੈ, ਘਰ ਪਰਿਵਾਰ ਸਭ ਵਧੀਆ, ਮਾਸੀ ਠੀਕ ਹੈ। ਆਹ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਨੇ। ਫਿਰ ਜਦੋਂ ਮੈਂ ਪਿੰਡ ਆਉਂਦਾ ਬਾਈਆਂ ਨੂੰ ਜ਼ਰੂਰ ਮਿਲਦਾ, ਪਰ ਅੱਜ ਇੱਦਾਂ ਹੋਇਆ ਕਿ ਮੈਂ ਆਇਆ ਤਾਂ ਬਾਈ ਮੈਨੂੰ ਮਿਲਣ ਆਏ ਨੇ। ਸੋ ਮੈਂ ਬਾਈਆਂ ਨੂੰ ਨਾਲ ਆਪਣੇ ਬਿਠਾ ਕੇ ਤੁਹਾਨੂੰ ਗਾਣਾ ਸੁਣਾਉਣ ਲੱਗਾ। ਵਿਆਹਾਂ ਦਾ ਸੀਜ਼ਨ ਹੈ, ਜਗਦੀਪ ਸਿੰਘ ਲਾਂਬੇ ਨੇ ਨਵਾਂ ਗਾਣਾ ਲਿਖਿਆ, ਐਨ ਤੜਕਦਾ ਭੜਕਦਾ ਗੀਤ। ਉਹ ਜਿਹੜੇ ਆਏ ਸੀ ਬਰਾਤੀ ਸੱਜ ਧੱਜ ਕੇ, ਜਿਹੜੇ ਆਏ ਸੀ ਬਰਾਤੀ ਸੱਜ ਧੱਜ ਕੇ, ਦੇਖੀ ਪਲੇਟਾਂ ਕਿਵੇਂ ਛੱਡ ਟੈਂਟ ਵਿੱਚੋਂ ਭੱਜਦੇ, ਕਿਸੇ ਨੂੰ ਲੱਡੂ ਖਾਣ ਨਹੀਂ ਦੇਣਾ। ਉਹ ਸਾਰੇ ਮਾਰ ਦੂੰ ਬਰਾਤੀ ਗੁੱਟ ਗੁੱਟ ਕੇ, ਮੈਂ ਵਿਆਹ ਤੇਰਾ ਹੋਣ ਨਹੀਂ ਦੇਣਾ। ਜਿਹੜੀਆਂ ਆਈਆਂ ਸੀ ਨਹੀਂ ਸੱਜ ਧੱਜ ਮਾਸੀਆਂ, ਜਿਹੜੀਆਂ ਆਈਆਂ ਸੀ ਨਹੀਂ ਸੱਜ ਧੱਜ ਮਾਸੀਆਂ, ਸਾਰੀ ਟੈਂਟ ਵਿੱਚੋਂ ਭੰਨ ਦੂੰ ਗਲਾਸੀਆਂ, ਕਿਸੇ ਨੂੰ ਪੈਗ ਲਾਉਣ ਨਹੀਂ ਦੇਣਾ। ਉਹ ਸਾਰੇ ਮਾਰ ਦੂੰ ਬਰਾਤੀ ਗੁੱਟ ਗੁੱਟ ਕੇ, ਮੈਂ ਵਿਆਹ ਤੇਰਾ ਹੋਣ ਨਹੀਂ ਦੇਣਾ। ਉਹ ਜਿਹੜੀ ਆਈ ਸੀ ਨਹੀਂ ਡੋਲੀ ਵਾਲੀ ਕਾਰ ਨਹੀਂ, ਜਿਹੜੀ ਆਈ ਸੀ ਨਹੀਂ ਡੋਲੀ ਵਾਲੀ ਕਾਰ ਨਹੀਂ, ਮੈਂ ਬੈਟਰੀ ਦੇ ਪੱਟ ਦੂੰਗਾ ਤਾਰ ਨਹੀਂ, ਕਿਸੇ ਨੂੰ ਧੱਕਾ ਲਾਉਣ ਨਹੀਂ ਦੇਣਾ। ਉਹ ਸਾਰੇ ਮਾਰ ਦੂੰ ਬਰਾਤੀ ਗੁੱਟ ਗੁੱਟ ਕੇ, ਮੈਂ ਵਿਆਹ ਤੇਰਾ ਹੋਣ ਨਹੀਂ ਦੇਣਾ।